ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਲਗਾਤਾਰ ਹੀ ਕਰੋਨਾ ਵਾਇਰਸ ਦਾ ਕਹਿਰ ਵੱਧ ਰਿਹਾ ਹੈ ਤੇ ਹੁਣ ਸਿਹਤ ਮੰਤਰੀ ਤੇ ਨਾਲ ਦੇ ਨਾਲ ਮਾਫੀ ਚਾਹੁੰਦੇ ਸਿਹਤ ਮੰਤਰੀ ਨੇ ਬਹੁਤ ਸਾਰੇ ਕੈਬਨਿਟ ਮੰਤਰੀ ਵੀ ਜਿਹੜੇ ਨੇ ਇਸ ਦੀ ਚਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਬਹੁਤ ਸਾਰੇ ਉੱਚ ਅਧਿਕਾਰੀ ਵੀ ਨੇ ਜੋ ਕਿ ਫਰੰਟ ਲਾਈਨ ਤੇ ਕੰਮ ਕਰਦੇ ਸਨ ਉਹ ਵੀ ਆਉਣੇ ਲਗਾਤਾਰ ਹੀ ਕਰੋਨਾ ਵਾਇਰਸ ਦੇ ਵਿੱਚ ਚਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਸਭ ਤੋਂ ਪਹਿਲਾਂ ਅਸੀਂ ਦੱਸਦੇ ਚੱਲਦੇ ਹਾਂ ਕਿ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਰਿਪੋਰਟ ਜਿਹੜੀ ਕਰੋਨਾ ਪੋਜ਼ਿਟਿਵ ਆਈ ਸੀ ਤੇ ਹੁਣ ਉਹਨਾਂ ਦੇ ਪਰਿਵਾਰ ਦੀ ਜਿਹੜੀ ਰਿਪੋਰਟ ਹੈ ਉਹ ਵੀ ਪੋਜ਼ਿਟਿਵ ਆਈ ਹੈ ਦੱਸਦੇ ਚੱਲਦੇ ਕਿ ਹੁਣ ਤੱਕ ਉਹਨਾਂ ਦੇ ਜਿਹੜੇ ਬੇਟੇ ਅਤੇ ਉਹਨਾਂ ਦੀ ਜਿਹੜੀ ਪਤਨੀ ਹੈ ਉਹਨਾਂ ਦੀ ਰਿਪੋਰਟ ਵੀ ਪੋਜ਼ਿਟਿਵ ਆ ਚੁੱਕੀ ਹੈ ਇਸ ਤੋਂ ਪਹਿਲਾਂ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੀ ਜਿਹੜੀ ਰਿਪੋਰਟ ਸੀ ਕਰੋਨਾ ਪੋਜ਼ਿਟਿਵ ਆਈ ਸੀ ਉਸ ਤੋਂ ਬਾਅਦ ਪੂਰੀ ਫੈਮਿਲੀ ਦਾ ਟੈਸਟ ਹੋਇਆ ਤੇ ਉਹਨਾਂ ਦੇ ਵਿੱਚੋਂ ਹੁਣ ਜਿਹੜੀ ਰਿਪੋਰਟ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਪਤਨੀ ਤੇ ਪੁੱਤਰ ਨੂੰ ਵੀ ਜਿਹੜਾ ਕਰੋਨਾ ਟੈਸਟ ਕਰਵਾਇਆ ਗਿਆ ਸੀ ਉਹਨਾਂ ਦੀ ਜਿਹੜੀ ਰਿਪੋਰਟ ਹੈ ਪੋਜ਼ਿਟਿਵ ਆਈ ਹੈ ਸੋ ਦੱਸਦੇ ਚੱਲਦੇ ਕਿ ਹੁਣ ਤੱਕ ਉਹਨਾਂ ਦੀ ਨੌਂ ਉਹਨਾਂ ਦੇ ਪੋਤਰਿਆਂ ਦੀ ਜਿਹੜੀ ਰਿਪੋਰਟ ਆਉਣੀ ਹਾਲੇ ਬਾਕੀ ਹੈ ਫਿਲਹਾਲ ਉਹਨਾਂ ਦੀ ਪਤਨੀ ਅਤੇ ਬੇਟੇ ਦੀ ਰਿਪੋਰਟ ਆਈ ਹੈ ਜਿਨ੍ਹਾਂ ਦੇ ਵਿੱਚ ਉਹ ਪੋਜ਼ਿਟਿਵ ਪਾਏ ਗਏ ਨੇ ਸਿਹਤ ਵਿਭਾਗ ਦੀ ਟੀਮ ਨੇ ਜਿਹੜਾ ਉਹਨਾਂ ਦੇ ਬੇਟੇ ਨੂੰ ਤੇ ਪਤਨੀ ਨੂੰ ਜਿਹੜਾ ਹੋਮ ਕੁਆਰੰਟਾਈਨ ਜਿਹੜਾ ਕਰ ਦਿੱਤਾ ਹੈਗਾ ਪਰ ਇਸ ਤੋਂ ਪਹਿਲਾਂ ਇਹ ਵੀ ਦੱਸਦੇ ਚੱਲਦੇ ਹਾਂ ਕਿ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੀ ਜਿਹੜੀ ਏਜ ਹੈ 77 ਸਾਲ ਦੀ ਹੈ ਇਸ ਲਈ ਉਹਨਾਂ ਨੂੰ ਜਿਹੜਾ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਹਾਲੇ ਇਲਾਜ ਚੱਲ ਰਿਹਾ ਸੋ ਮੋਹਾਲੀ ਦੇ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਬੁੱਧਵਾਰ ਨੂੰ ਸਾਰੀ ਕੈਬਨਿਟ ਦੇ ਜਿਹੜੇ ਆ ਟੈਸਟ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ ਕਿ ਸਾਰੇ ਹੀ ਮੰਤਰੀਆਂ ਦੇ ਹੁਣ ਟੈਸਟ ਹੋਣਗੇ ਕਿਉਂਕਿ ਇੱਕ ਮੰਤਰੀ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਪੂਰੇ ਹੀ ਮੰਤਰੀ ਮੰਡਲ ਦੇ ਵਿੱਚ ਹੜਕਮ ਮੱਚ ਗਿਆ ਉਸ ਤੋਂ ਬਾਅਦ ਜਿਹੜਾ ਸਾਰੇ ਹੀ ਮੰਤਰੀਆਂ ਦੇ ਟੈਸਟ ਕਰਵਾਉਣੇ ਜਿਹੜੇ ਲਾਜ਼ਮੀ ਕਰ ਦਿੱਤੇ ਗਏ ਸੋ ਦੱਸਦੇ ਚੱਲਦੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਆਪਣਾ ਖੁਦ ਕਰੋਨਾ ਦਾ ਟੈਸਟ ਕਰਵਾਇਆ ਸੀ ਪਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਆਈ ਹੈ ਪਰ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਹੁਣ ਪੂਰੇ ਮੰਤਰਾਲੇ ਦਾ ਜਿਹੜਾ ਟੈਸਟ ਹੋਵੇਗਾ ਤੇ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੇ ਜਿਹੜੇ ਟੈਸਟ ਹੋ ਚੁੱਕੇ ਨੇ ਉਹਨਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਦੱਸਦੇ ਚੱਲਦੇ ਕਿ ਸੁਖਜਿੰਦਰ ਰੰਧਾਵਾ ਉਹਨਾਂ ਦੀ ਜਿਹੜੀ ਰਿਪੋਰਟ ਹੈ ਨੈਗੇਟਿਵ ਆਈ ਹੈ ਉਹਨਾਂ ਨੇ ਵੀ ਆਪਣਾ ਕਰੋਨਾ ਦਾ ਜਿਹੜਾ ਟੈਸਟ ਕਰਵਾ ਲਿਆ ਵਿਧਾਇਕ ਜੀਰਾ ਤੇ ਪਹਾੜਾ ਤੇ ਪਿੰਕੀ ਦੀ ਜਿਹੜੀ ਰਿਪੋਰਟ ਹੈ ਉਹ ਵੀ ਨੈਗੇਟਿਵ ਆ ਚੁੱਕੀ ਹੈ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪੂਰੇ ਮੰਤਰਾਲੇ ਦੇ ਜਿਹੜੇ ਟੈਸਟ ਕਰਵਾਉਣ ਦਾ ਜਿਹੜਾ ਐਲਾਨ ਕਰ ਦਿੱਤਾ ਹਾਲਾਂਕਿ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਤ੍ਰਿਪਤ ਰਜਿੰਦਰ ਬਾਜਵਾ ਦੇ ਜਿਹੜੇ ਸੰਪਰਕ ਦੇ ਵਿੱਚ ਲੋਕ ਆਏ ਸਨ ਉਹ 18 ਲੋਕਾਂ ਦੇ ਜਿਹੜੇ ਨੇ ਕਰੋਨਾ ਦੇ ਟੈਸਟ ਕੀਤੇ ਗਏ ਨੇ ਪਰ ਉਹਨਾਂ ਦੀ ਜਿਹੜੀ ਰਿਪੋਰਟ ਹੈ 18 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਕਿਉਂਕਿ ਫੈਮਿਲੀ 'ਚ ਰਹਿਣ ਦੇ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਬਿਮਾਰੀ ਦੀ ਲਾਗ ਦੇ ਵਿੱਚ ਸੰਪਰਕ ਆਉਣ ਦੇ ਕਾਰਨ ਇਸ ਬਿਮਾਰੀ ਤੋਂ ਪੀੜਿਤ ਜਿਹੜਾ ਹੋ ਚੁੱਕੇ ਨੇ ਉਹਨਾਂ ਦੀ ਪਤਨੀ ਅਤੇ ਬੇਟੇ ਦੀ ਜਿਹੜੀ ਰਿਪੋਰਟ ਹੁਣ ਤੱਕ ਜਿਹੜੀ ਹੈ ਪੋਜ਼ਿਟਿਵ ਆਈ ਹੈ ਅਤੇ ਇਹ ਵੀ ਦੱਸਦੇ ਚੱਲਦੇ ਕਿ ਤ੍ਰਿਪਤ ਰਜਿੰਦਰ ਬਾਜਵਾ ਦੇ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਜਿਹੜਾ ਹੋਰ ਟੈਸਟ ਕਰਵਾਏ ਗਏ ਨੇ ਰਾਹਤ ਦੀ ਗੱਲ ਇਹ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦੀ ਵੀ ਰਿਪੋਰਟ ਜਿਹੜੀ ਹੈ ਉਹ ਨੈਗੇਟਿਵ ਆਈ ਹੈ ਅਰੁਣਾ ਚੌਧਰੀ ਹੁਣਾਂ ਨੇ ਵੀ ਟੈਸਟ ਕਰਵਾਇਆ ਸੀ ਸੋ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਵੀ ਆ ਚੁੱਕੀ ਹੈ ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਹੀ ਕੈਬਨਿਟ ਮੰਤਰੀਆਂ ਨੂੰ ਜਿਹੜੀ ਅਪੀਲ ਕੀਤੀ ਸੀ ਉਹਨਾਂ 'ਚੋਂ ਜ਼ਰੂਰੀ ਕਹਿ ਦਿੱਤਾ ਗਿਆ ਸੀਗਾ ਕਿ ਸਾਰਿਆਂ ਦੇ ਹੀ ਟੈਸਟ ਹੋਣਗੇ ਸੋ ਤੁਹਾਨੂੰ ਇਹ ਵੀ ਦੱਸਦੇ ਚੱਲਦੇ ਕਿ ਤ੍ਰਿਪਤ ਰਜਿੰਦਰ ਬਾਜਵਾ ਹੁਣੇ 10 ਜੁਲਾਈ ਨੂੰ ਪੰਚਾਇਤ ਵਿਭਾਗ ਦੇ ਜਿਹੜੇ ਡਾਇਰੈਕਟਰ ਸਨ ਉਹਨਾਂ ਦੇ ਸੰਪਰਕ ਵਿੱਚ ਆਏ ਸੀ ਵਿਪਲ ਉਜਵਲ ਦੇ ਸੰਪਰਕ ਵਿੱਚ ਆਉਣ ਦੇ ਨਾਲ ਉਹਨਾਂ ਦੀ ਜਿਹੜੀ ਕਿਉਂਕਿ ਆਲਰੇਡੀ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਕਰੋਨਾ ਪੋਜ਼ਿਟਿਵ ਸਨ ਉਹਨਾਂ ਨੇ ਆਪਣਾ ਟੈਸਟ ਕਰਵਾਇਆ ਤਾਂ ਪੋਜ਼ਿਟਿਵ ਆਏ ਉਸ ਤੋਂ ਬਾਅਦ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੀ ਸਿਹਤ ਕਾਫੀ ਵੀਕਨੈਸ ਰਹਿਣ ਲੱਗੀ ਤੇ ਸਿਹਤ ਵਿੱਚ ਕਮਜ਼ੋਰੀ ਆਉਣ ਕਰਕੇ ਜਦੋਂ ਉਹਨਾਂ ਨੇ ਕਰੋਨਾ ਦਾ ਟੈਸਟ ਕਰਵਾਇਆ ਤਾਂ ਰਿਪੋਰਟ ਉਹਨਾਂ ਦੀ ਵੀ ਪੋਜ਼ਿਟਿਵ ਆਈ ਜਿਸ ਤੋਂ ਬਾਅਦ ਹੁਣ ਸਾਰੇ ਹੀ ਜਿਹੜੇ ਜਿੰਨੇ ਵੀ ਉੱਥੇ ਮੌਜੂਦ ਸਨ ਸਰਕਾਰੀ ਕੰਮਾਂ ਦੇ ਸਿਲਸਿਲੇ ਵਿੱਚ ਇਕੱਠੇ ਹੋਏ ਸਨ ਉਹਨਾਂ ਸਾਰਿਆਂ ਦੇ ਟੈਸਟ ਕਰਵਾਏ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਹੁਣ ਤੱਕ 18 ਲੋਕਾਂ ਦੀ ਜਿਹੜੀ ਰਿਪੋਰਟ ਹੈ ਨੈਗੇਟਿਵ ਆ ਚੁੱਕੀ ਹੈ ਪਰ ਜੇਕਰ ਹੁਣ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਉਹਨਾਂ ਨੇ ਪੂਰੇ ਮੰਤਰਾਲੇ ਨੂੰ ਟੈਸਟ ਕਰਵਾਉਣ ਲਈ ਕਿਹਾ ਪਰ ਹਾਲੇ ਬਾਕੀ ਮੰਤਰੀਆਂ ਦੀ ਰਿਪੋਰਟ ਆਉਣੀ ਬਾਕੀ ਹੈ ਸੋ ਹੁਣ ਤੱਕ ਜਿਹੜਾ ਆ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਸੰਪਰਕ 'ਚ ਆਉਣ ਕਰਕੇ ਤ੍ਰਿਪਤ ਰਜਿੰਦਰ ਬਾਜਵਾ ਵੀ ਕਰੋਨਾ ਪੋਜ਼ਿਟਿਵ ਹੋ ਗਏ ਸਨ ਪਰ ਇਸ ਵੇਲੇ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਟੈਸਟ ਲੈ ਗਏ ਕਿਉਂਕਿ ਉਹਨਾਂ ਦਾ ਜਦੋਂ ਰਿਪੋਰਟ ਪੋਜ਼ਿਟਿਵ ਆਈ ਤਾਂ ਉਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਉਹਨਾਂ ਦੀ ਫੈਮਿਲੀ ਦਾ ਵੀ ਜਿਹੜਾ ਟੈਸਟ ਕੀਤਾ ਗਿਆ ਤਾਂ ਉਹਨਾਂ ਦੇ ਵਿੱਚੋਂ ਉਹਨਾਂ ਦੀ ਪਤਨੀ ਅਤੇ ਬੇਟੇ ਦਾ ਕਰੋਨਾ ਪੋਜ਼ਿਟਿਵ ਆਇਆ ਰਿਪੋਰਟ ਕਰੋਨਾ ਪੋਜ਼ਿਟਿਵ ਆ ਚੁੱਕੀ ਹੈ ਪਰ ਹੁਣ ਤੱਕ ਉਹਨਾਂ ਦੀ ਨੌਂ ਅਤੇ ਪੋਤਰਿਆਂ ਦੀ ਰਿਪੋਰਟ ਦੀ ਜਿਹੜੀ ਆ ਵੇਟ ਕੀਤੀ ਜਾ ਰਹੀ ਹੈ ਕਿਉਂਕਿ ਘਰ ਦੇ ਵਿੱਚ ਰਹਿਣ ਦੇ ਨਾਲ ਇੱਕ ਦੂਜੇ 'ਚ ਸੰਪਰਕ ਆਉਣ ਦੇ ਨਾਲ
हुण थोड़ा माहौल जिहड़ा आ दहशत वाला बन गया क्योंकि बच्चे भी हाले उन्हां दे छोटे ने। सो हुण तक जिहड़ा देखना बाकी होवेगा कि नौ ते पोतरियां दी जिहड़ी रिपोर्ट है ओ की आवेगी, इह तां फिलहाल देखना बाकी है। पर आस करदे आ कि चंगी खबर ही आवे। पर इस दे नाल ये दसते जरूर चलते कि उन्होंने पत्नी तो बेटे को जोड़ा हल तक होम क्वारंटाइन कर दिता गया। सेहत विभाग के वलों पूर्ण तौर पर उन्होंने पाबंदी लगा दी गई कि वह बाहर नहीं निकलेंगे तो ना ही किसी के संपर्क के आएंगे। जेकर गल की जाए तृप्त रजिंदर बाजवा होना की इस वे उन्होंने मोहाली के फोर्टिस हस्पताल के इलाज चल रहा है। इस वे उन्होंने उम्र जी 77 साल है। सेहत में काफ़ी कमजोरी आन करके उन्होंने हस्पताल दाखिल करवाया गया है। सो पल पल की अपडेट इस तरह डेली पोस्ट पंजाबी ते लगातार थानू दिंदे चलांगे। पर इस दे नाल बहुत जरूरी हो जाता है अपनी सेहत का ख्याल रखना क्योंकि करोना इस वेले पूर्ण तौर पर पूरी तरह फैलिया होया पूरे देश दे विच पूरे पंजाब दे लोग इसकी चपेट में आ रहे हैं। लगातार बहुत ही लोग जिहड़े ने इस बीमारी की चपेट में आने नाल मर भी रहे हैं। रोजाना नवे तो नवे केस सामने आ रहे हैं। पर इत्थे अपनी सेहत का ख्याल तुसी आप रखना है, एक दूजे के संपर्क के आने तो भी बचना है। पल पल की अपडेट लिए जुड़े रहना डेली पोस्ट पंजाबी के नाल। सत श्री अकाल।